ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਤੁਸੀਂ ਪੰਜਾਬ ਪੁਲਿਸ ਨੂੰ ਮੁਲਜ਼ਮ ਫੜਦੇ ਤਾਂ ਬਹੁਤ ਵਾਰ ਵੇਖਿਆ ਹੋਵੇਗਾ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਪੰਜਾਬ ਪੁਲਿਸ ਮੁਲਜ਼ਮਾਂ ਨੂੰ ਨਹੀਂ ਸਗੋਂ ਇੱਕ ਸੱਪ ਨੂੰ ਫੜ ਰਹੀ ਹੈ। ਅਸਲ ਵਿੱਚ ਇੱਕ ਸੱਪ ਪੰਜਾਬ ਪੁਲਿਸ ਦੀ ਅਨੋਵਾ ਗੱਡੀ ਦੇ ਇੰਜਨ ਵਿੱਚ ਜਾ ਵੜਿਆ। ਫਿਰ ਕੀ ਸੀ, ਇੱਕ ਪਾਸੇ ਸੱਪ, ਦੂਜੇ ਪਾਸੇ ਪੰਜਾਬ ਪੁਲਿਸ। ਫਿਰ ਕਾਫੀ ਜੱਦੋਜਹਿਦ ਮਗਰੋਂ ਇਹ ਸੱਪ ਪੁਲਿਸ ਮੁਲਾਜ਼ਮਾਂ ਨੇ ਕਾਬੂ ਕਰ ਲਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਬਾਰੇ ਤਾਂ ਨਹੀਂ ਪਤਾ ਕਿ ਇਹ ਵੀਡੀਓ ਕਿੱਥੋਂ ਦੀ ਹੈ ਅਤੇ ਕਦੋਂ ਦੀ ਹੈ, ਪਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਆ ਦੇਖੋ ਜੀ, ਇਹ ਜ਼ਿਲ੍ਹੇ ਦਾ ਮੁਲਾਜ਼ਮ ਹੈ ਜੀ, ਬਹੁਤ ਤਕੜਾ ਸਵੇਰਾ, ਦੇਖੋ ਸੱਪ ਫੜ ਰਿਹਾ, ਨਾਲ ਹੀ ਪ੍ਰਮੋਟ ਕਰ ਦੇਣਾ ਇਹਨੂੰ। ਲਓ ਜੀ, ਸੱਪ ਫੜ ਲਿਆ ਬੰਦੇ ਨੇ, ਆ ਲਓ ਜੀ ਇਹ ਸੱਪਾਂ। ਇੱਧਰ ਆ ਕਰ ਗੁਰੂ, ਉਹ ਨਾ ਖਿੱਚ ਯਾਰ। ਸਾਂਝ ਟੀਵੀ ਲਈ ਜਤਿੰਦਰ ਪਾਲ ਸਿੰਘ ਕਲੇਰ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।